ਬੇਸ਼ੱਕ ਪੰਜਾਬ ਦੇ ਵਿੱਚ ਚਾਈਨਾ ਡੋਰ 'ਤੇ ਪਾਬੰਦੀ ਲਾਈ ਗਈ ਹੈ, ਪਰ ਫਿਰ ਵੀ ਜੇ ਅਸੀਂ ਗੱਲ ਕਰੀਏ ਚਾਈਨਾ ਡੋਰ ਦੀ, ਤਾਂ ਚਾਈਨਾ ਡੋਰ ਸਰਕਾਰ, ਪ੍ਰਸ਼ਾਸਨ ਅਤੇ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ, ਕਿਉਂਕਿ ਚਾਈਨਾ ਡੋਰ ਦੀ ਵਰਤੋਂ ਹੋਣ ਨਾਲ ਕਾਫ਼ੀ ਵੱਡੀ ਗਿਣਤੀ ਵਿੱਚ ਪੰਛੀਆਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ ਅਤੇ ਮੋਟਰਸਾਈਕਲ, ਸਕੂਟਰ ਆਦਿ 'ਤੇ ਸਵਾਰ ਲੋਕਾਂ ਨੂੰ ਵੀ ਇਸ ਦੇ ਨਾਲ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਬੇਸ਼ੱਕ ਸਾਡੀ ਸਰਕਾਰ ਦੀਆਂ ਹਿਦਾਇਤਾਂ ਦੇ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਕਾਫ਼ੀ ਸਖ਼ਤੀ ਦੇ ਨਾਲ ਕੰਮ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਅਜੇ ਵੀ ਚਾਲੂ ਹੈ। ਫਰੀਦਕੋਟ ਦੀ ਪੁਲਿਸ ਨੇ 40 ਤੋਂ ਉੱਪਰ ਦੀ ਚਾਈਨਾ ਡੋਰ ਦੀਆਂ ਪੇਟੀਆਂ, ਜਿਸ ਵਿੱਚ 2500 ਦੇ ਕਰੀਬ ਗੱਟੂ ਪਾਏ ਗਏ ਨੇ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਵੀ ਥਾਣਾ ਸਿਟੀ ਪੁਲਿਸ ਨੇ ਚਾਈਨਾ ਡੋਰ ਦੀ ਬਰਾਮਦੀ ਕੀਤੀ ਸੀ, ਪਰ ਇਸ ਦੇ ਬਾਵਜੂਦ ਵੀ ਇਸ ਦੇ ਉੱਤੇ ਰੋਕ ਲੱਗਣ ਨੂੰ ਤਿਆਰ ਨਹੀਂ ਹੈ, ਜਿਸ ਲਈ ਸਿੱਧੇ ਤੌਰ 'ਤੇ ਸੰਬੰਧਿਤ ਅਧਿਕਾਰੀਆਂ, ਮੁਲਾਜ਼ਮਾਂ ਦੀ ਮਿਲੀ ਭਗਤ ਹੋਣ ਤੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ। ਜਿਵੇਂ ਹੀ ਬਸੰਤ ਦਾ ਤਿਉਹਾਰ ਨੇੜੇ ਆ ਰਿਹਾ ਹੈ, ਲੋਕਾਂ ਵਿੱਚ, ਖਾਸ ਕਰ ਨੌਜਵਾਨਾਂ ਅਤੇ ਬੱਚਿਆਂ ਵਿੱਚ ਪਤੰਗ ਉਡਾਉਣ ਲਈ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਐਕਚੁਲੀ ਇਸ ਮੌਸਮ ਦੇ ਵਿੱਚ ਸਾਨੂੰ ਖਾਸ ਹਦਾਇਤ ਸੀ ਕਿ ਇਸ ਸੰਬੰਧੀ ਨਿਗਰਾਨੀ ਰੱਖੀ ਜਾਵੇ, ਕਿਉਂਕਿ ਚਾਈਨਾ ਡੋਰ ਨਾਲ ਕਈ ਹਾਦਸੇ ਵਾਪਰ ਚੁੱਕੇ ਹੁਣ ਤੱਕ, ਅਤੇ ਜਿਹੜਾ ਇਹ ਆਪਣਾ ਵਾਤਾਵਰਨ ਲਈ ਕਾਫ਼ੀ ਨੁਕਸਾਨਦੇਹ ਹੈਗੀ ਹੈ। ਇਸੇ ਲੜੀ ਦੇ ਵਿੱਚ ਅਸੀਂ ਕੱਲ੍ਹ ਵੀ ਅਤੇ ਅੱਜ ਵੀ ਵੱਖ ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ 'ਚ ਅਸੀਂ ਆਪਦਾ ਕਰੀਬ 2000 ਦੇ ਕਰੀਬ ਇਹ ਚਾਈਨਾ ਡੋਰ ਦੇ ਬੰਡਲ ਫੜੇ ਆ, ਜਿਨ੍ਹਾਂ ਦੀ ਕੀਮਤ ਕਰੀਬ 10 ਲੱਖ ਦੇ ਬਣਦੀ। ਇਹਦੇ 'ਚ ਅਸੀਂ ਕੱਲ੍ਹ ਅਸੀਂ 2 ਜਣੇ ਅਰੈਸਟ ਕੀਤੇ, 2 ਵਿਅਕਤੀ ਅੱਜ ਅਰੈਸਟ ਕੀਤੇ ਅਸੀਂ। ਇਹ ਸੀਜ਼ਨ ਦੇ ਹਿਸਾਬ ਨਾਲ ਚੱਲਦਾ, ਜਿਵੇਂ ਅੱਜ ਕੱਲ੍ਹ ਪਤੰਗਾਂ ਦਾ ਸੀਜ਼ਨ ਹੈਗਾ ਅਤੇ ਉਹਦੇ ਕਰਕੇ ਫਿਰ ਇਹ ਜ਼ਿਆਦਾ ਧਿਆਨ ਇੱਧਰ ਰੱਖਿਆ। ਇਹਨਾਂ ਨੂੰ ਅਸੀਂ 188 ਦੇ ਤਹਿਤ, 336 IPC ਦੇ ਤਹਿਤ ਅਤੇ ਆਪਣਾ ਇਨਵਾਇਰਮੈਂਟ ਐਕਟ ਦੇ ਤਹਿਤ, ਇਹਨਾਂ ਦੇ ਤਹਿਤ ਇਹਨਾਂ ਦੇ ਮਾਮਲੇ ਦਰਜ ਕੀਤੇ। ਬਿਊਰੋ ਰਿਪੋਰਟ, ਦਾ TV NRI।